ਹੁਣ ਇੱਕ ਨਸ਼ੇ ਦੀ ਜੰਜੀਰ ਨੇ ਉਸ ਜੰਜੀਰ ਨੂੰ ਰੋਕਣ ਵਾਸਤੇ ਜਿਹੜਾ ਉਪਰਾਲਾ ਪਿੰਡ ਵੱਲੋਂ ਨਗਰ ਵੱਲੋਂ ਜਿਹੜਾ ਕੀਤਾ ਗਿਆ ਸੀ ਸਾਧ ਸੰਗਤ ਜੀਓ ਮਹਾਂਪੁਰਖਾਂ ਦੀ ਅਗਵਾਈ ਦੇ ਹੇਠ ਆ ਕੱਲ ਵੀ ਇੱਥੇ ਵਿਚਾਰ ਹੋਈ ਸੀ ਤੇ ਅੱਜ ਫੇਰ ਇੱਥੇ ਦਾਸ ਮਹਾਂਪੁਰਖਾਂ ਨੇ ਹੁਕਮ ਲਾਇਆ ਕਿ ਉਹ ਜਿਹੜਾ ਮਤਾ ਇੱਕ ਵਾਰ ਫਿਰ ਪੜਿਆ ਜਾਵੇ ਜਿਹੜਾ ਮਤਾ ਸਾਧ ਸੰਗਤ ਜੀਓ ਇੱਕ ਆਮ ਇਜਲਾਸ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਹ ਜੋ ਆਮ ਇਜਲਾਸ ਹੁੰਦਾ ਹੈ ਉਹ ਇੱਕ ਹਿਸਾਬ ਨਾਲ ਪਿੰਡ ਵਾਲੇ ਜਿਹੜੇ ਨੇ ਆਪਣਾ ਇੱਕ ਕਾਨੂੰਨ ਹੀ ਪਾਸ ਕਰ ਦਿੰਦੇ ਨੇ ਉਹ ਸਾਧ ਸੰਗਤ ਜੀ ਇਜਲਾਸ ਆਪ ਜੀ ਨੂੰ ਦਾਸ ਇੱਥੇ ਪੜ੍ਹ ਕੇ ਸੁਣਾਵੇਗਾ ਸਮੂਹ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸਰਪੰਚ ਸਤਨਾਮ ਸਿੰਘ ਪਿੰਡ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਤੇ ਸਾਰੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਪਿੰਡ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਗੁਰਸਰ ਸਾਹਿਬ ਮਹਾਂਪੁਰਖਾਂ ਵੱਲੋਂ ਇਹ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਆਪਣੇ ਪਿੰਡ ਦੀਆਂ ਦੁਕਾਨਾਂ ਵਿੱਚ ਤੰਬਾਕੂ ਬੀੜੀ ਸਿਗਰਟ ਸ਼ਰਾਬ ਚਿੱਟਾ ਸਮੈਕ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਹੈ ਉਹ ਵੇਚਣਾ ਮਨਾ ਕੀਤਾ ਜਾਂਦਾ ਹੈ ਪਿੰਡ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਜੋ ਇਹ ਮਿਤੀ ਹੈ ਸਾਧ ਸੰਗਤ ਜੀਓ ਉਹ ਕੱਲ ਨੂੰ ਇਹ ਫੈਸਲਾ ਜਿਹੜਾ ਸੀ ਸਰਬੱਤ ਸੰਗਤ ਨੇ ਜਕਾਰੇ ਦੇ ਰੂਪ ਦੇ ਚ ਪ੍ਰਵਾਨ ਕੀਤਾ ਸੀ ਉਹ ਆਪਾਂ ਕਹਿ ਲਈਏ ਕਿ ਦੁਕਾਨਦਾਰਾਂ ਨੂੰ ਬੇਨਤੀ ਵੀ ਕੀਤੀ ਹੈ ਦੁਕਾਨਦਾਰਾਂ ਨੇ ਪ੍ਰਵਾਨ ਵੀ ਕੀਤੀ ਜਿਹੜੇ ਕਹਿੰਦੇ ਸਨ ਕਿ ਅਸੀਂ ਬੰਦ ਕਰ ਦਿਆਂਗੇ ਉਹਨਾਂ ਬੰਦ ਕਰ ਦਿੱਤਾ ਜਿਹਨਾਂ ਦੇ ਕੋੜ ਸੀ ਉਹ ਕਹਿੰਦੇ ਸੀ ਅਸੀਂ ਹੁਣ ਲਿਆਂਦਾ ਅੱਗੇ ਨਹੀਂ ਲਿਆਉਂਦੇ ਤੋ ਪਿੰਡ ਵਿੱਚ ਲਾਗੂ ਕੀਤਾ ਗਿਆ ਸੀ ਫੈਸਲੇ ਦੀ ਜਿਹੜੀ ਉਲੰਘਣਾ ਕਰਨ ਵਾਲੇ ਨੂੰ ਦੁਕਾਨਦਾਰ ਨੂੰ 10,000 ਰੁਪਏ ਜੁਰਮਾਨਾ ਇੱਕ ਮਹੀਨਾ ਦੁਕਾਨ ਨਹੀਂ ਖੋਲਣ ਦਿੱਤੀ ਜਾਵੇਗੀ ਤੇ ਹੋਰ ਜਿਹੜੀ ਕਾਰਵਾਈ ਉਹ ਵੱਖਰੀ ਕੀਤੀ ਜਾਵੇਗੀ ਪਿੰਡ ਦੇ ਜਿਹੜੇ ਸਾਂਝੇ ਥਾਂ ਨੇ ਜਿਵੇਂ ਬੱਸ ਅੱਡਾ ਗਰਾਊਂਡ ਸਕੂਲ ਤੇ ਸਾਂਝੀ ਜਗ੍ਹਾ ਜਿਵੇਂ ਗੁਰਦੁਆਰਾ ਗੁਰਸਰ ਸਾਹਿਬ ਨੂੰ ਜਾਂਦਿਆਂ ਜਿਹੜਾ ਰਾਹ ਹੈ ਅਕਸਰ ਆਪਾਂ ਵੇਖਦੇ ਆ ਕਿ ਨੌਜਵਾਨ ਮੁੰਡੇ ਉੱਥੇ ਬੀੜੀਆਂ ਸਿਗਰਟ ਪੀਂਦੇ ਨੇ ਸੰਗਤਾਂ ਉਹ ਦਰਸ਼ਨ ਕਰਨ ਜਾਂਦੀਆਂ ਨੇ ਤੇ ਬੜੀ ਕਹਿ ਲਈਏ ਕਿ ਬੇਸ਼ਰਮੀ ਦੀ ਹੱਦ ਹੈ ਸਾਧ ਸੰਗਤ ਜੀਓ ਉਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਪਦਾਰਥ ਸਮੈਕ ਚਿੱਟਾ ਕਰਨ ਵਾਲੇ ਤੇ ਵੇਚਣ ਵਾਲੇ ਨੂੰ ਬੜੀ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਸਾਰੇ ਦੁਕਾਨਦਾਰਾਂ ਨੂੰ ਇਸ ਫੈਸਲੇ ਉੱਤੇ ਚੰਗੀ ਤਰ੍ਹਾਂ ਅਮਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਸੋ ਇਹ ਜਿਹੜਾ ਮਤਾ ਸੀ ਸਾਧ ਸੰਗਤ ਜੀ ਪਾਇਆ ਗਿਆ ਕਿਉਂਕਿ ਆਪਾਂ ਇਹ ਵੇਖਦੇ ਆ ਕਿ ਇਹ ਜਿਹੜਾ ਕੋਡ ਸੀ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਇਸ ਕੋਡ ਤੋਂ ਜਿਹੜੇ ਨਹੀਂ ਬਚੇ ਆਪਾਂ ਦਸਤਾਰਾਂ ਸਜਾ ਕੇ ਦਾੜੀ ਕੇਸ ਰੱਖ ਕੇ ਆਪਾਂ ਇਹ ਕੰਮ ਕਰਦੇ ਆ ਤੰਬਾਕੂ ਬੇੜਾ ਇਹਨਾਂ ਸਾਧ ਸੰਗਤ ਜੀ ਗਰਕ ਗਿਆ ਅਸੀਂ ਆਪਣੇ ਆਪ ਨੂੰ ਸਰਦਾਰ ਕਹਿੰਦੇ ਆ ਜਿਹੜਾ ਸਾਡਾ ਕੰਮ ਕਰਨ ਵਾਲਾ ਕਿਉਂਕਿ ਆਪਾਂ ਜਿਹਨਾਂ ਨੂੰ ਪ੍ਰਵਾਸੀ ਬੰਦੇ ਬਈਏ ਕਹਿੰਦੇ ਆ ਸ਼ਬਦ ਵਰਤਦੇ ਆ ਸਰਦਾਰ ਸਾਹਿਬ ਸਾਈਡ ਤੇ ਖੜੇ ਹੁੰਦੇ ਨੇ ਤੇ ਜਿਹੜਾ ਪ੍ਰਵਾਸੀ ਮਜ਼ਦੂਰ ਭਈਆ ਸਰਦਾਰ ਸਾਹਿਬ ਨੂੰ ਤੰਬਾਕੂ ਮਲ ਮਲ ਕੇ ਦੇਣ ਡਿਆ ਕਿ ਸਰਦਾਰ ਸਾਹਿਬ ਦੀ ਸ਼ਕੋ ਤੰਬਾਕੂ ਖਾ ਲੋ ਜੇ ਸਾਧ ਸੰਗਤ ਜੀ ਆਪਾਂ ਤੰਬਾਕੂ ਉਹਨਾਂ ਦੇ ਹੱਥੋਂ ਖਾਣਾ ਹੈ ਤੇ ਉਹਨਾਂ ਦੇ ਨਾਲ ਆਪਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਕਰ ਦਈਏ ਉਹਨਾਂ ਦੇ ਨਾਲ ਆਪਾਂ ਆਪਣੀ ਰੋਟੀ ਬੇਟੀ ਦੀ ਸਾਂਝ ਆਪਾਂ ਕਰ ਲਈਏ ਐਡੇ ਆਪਾਂ ਗਰਕ ਹੀ ਗਏ ਸਾਧ ਸੰਗਤ ਜੀਓ ਕਿ ਕੋਈ ਆਪਣੇ ਸਿਰ ਦੇ ਉੱਤੇ ਇਹ ਨਹੀਂ ਵੇਖਦੇ ਆਪਾਂ ਦਸਤਾਰ ਬੰਨੀ ਹੈ ਸਾਧ ਸੰਗਤ ਜੀਓ ਜਾਨਵਰ ਮੂੰਹ ਚੱਟਣ ਡਿਆ ਸਾਡਾ ਕਾਹਦੇ ਅਸੀਂ ਆਪਣੇ ਆਪ ਨੂੰ ਸਿੱਖ ਸਰਦਾਰ ਕਹਾਉਂਦੇ ਹਾਂ ਫਿਰ ਤਾਂ ਆਪਾਂ ਉਹਨਾਂ ਦੇ ਨਾਲ ਰਿਸ਼ਤੇਦਾਰੀਆਂ ਬਣਾ ਲਈਏ ਆਪਣੇ ਜੀਜੇ ਬਣਾ ਲਈਏ ਉਹਨਾਂ ਨੂੰ ਸਾਧ ਸੰਗਤ ਜੀ ਸਾਨੂੰ ਸੋਚਣਾ ਪੈਣਾ ਹੈ ਇਹ ਕੱਲੇ ਕੱਲੇ ਮਨੁੱਖ ਨੂੰ ਜਿਹੜਾ ਕਰਦਾ ਵੀ ਹੈ ਜਾਂ ਕਰਨ ਬਾਰੇ ਸੋਚਦਾ ਹੈ ਤੰਬਾਕੂ ਸਾਧ ਸੰਗਤ ਜੀ ਇਹ ਕਿੱਡਾ ਵੱਡਾ ਮਾੜਾ ਨਸ਼ਾ ਹੈ ਇਸ ਨਸ਼ੇ ਨੂੰ ਇੱਕ ਭਾਈ ਜੈ ਸਿੰਘ ਦਾ ਇਤਿਹਾਸ ਸ਼ਾਇਦ ਤੁਸੀਂ ਕਈਆਂ ਨੇ ਸੁਣਿਆ ਨਹੀਂ ਹੋਣਾ ਭਾਈ ਜੈ ਸਿੰਘ ਜੀ ਖਾਲਕਟ ਗੁਰੂ ਪਿਆਰੇ ਹੋਏ ਨੇ ਜੇ ਸਾਧ ਸੰਗਤ ਜੀ ਸਿੱਖ ਨੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਵੱਡਾ ਮੁਗਲ ਅਫਸਰ ਲੰਘਦਾ ਹੁੰਦਾ ਸੀ ਨਾ ਤੇ ਉਹਦਾ ਸਮਾਨ ਜਿਹੜਾ ਚੱਕ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਪਹੁੰਚਾਉਣਾ ਪੈਂਦਾ ਸੀ ਤੇ ਉਹਦੇ ਵਾਸਤੇ ਕਹਿੰਦੇ ਕਿ ਪਿੰਡ ਦੇ ਵਿੱਚੋਂ ਕੋਈ ਮਾਂਗੀ ਫੜ ਕੇ ਲਿਆਓ ਮਾਂਗੀ ਫੜ ਕੇ ਲਿਆਂਦਾ ਗਿਆ ਕੁਦਰਤੀ ਉਹ ਸਿੱਖ ਸੀ ਹੁਣ ਜਦੋਂ ਭਾਈ ਜੈ ਸਿੰਘ ਨੂੰ ਫੜਿਆ ਗਿਆ ਉਹ ਕਹਿਣ ਲੱਗੇ ਕਿ ਇਸ ਸਮਾਨ ਨੂੰ ਆਪਣੇ ਸਿਰ ਤੇ ਚੁੱਕ ਕੇ ਫਲਾਣੇ ਪਿੰਡ ਛੱਡ ਕੇ ਆਉਣਾ ਕਹਿੰਦਾ ਮੈਂ ਜਾਣ ਨੂੰ ਤਿਆਰ ਆ ਪਰ ਮੈਨੂੰ ਇਹ ਦੱਸੋ ਇਹ ਸਮਾਨ ਦੇ ਵਿੱਚ ਕੀ ਹੈ ਉਹ ਕਹਿੰਦੇ ਕਿ ਇੱਥੇ ਫੌਜਦਾਰ ਸਾਹਿਬ ਦਾ ਹੁੱਕਾ ਤੇ ਤੰਬਾਕੂ ਇਹਦੇ ਵਿੱਚ ਪਿਆ ਤੈਨੂੰ ਲਿਜਾਣਾ ਪੈਣਾ
ਹੁਣ ਸਿੱਖ ਨੇ ਜਦੋਂ ਕੰਨਾਂ ਦੇ ਵਿੱਚ ਤੰਬਾਕੂ ਦੀ ਆਵਾਜ਼ ਸੁਣੀ ਕਹਿੰਦਾ ਨਹੀਂ ਹੋਰ ਕੋਈ ਸਮਾਨ ਹੁੰਦਾ ਮੈਂ ਲੈ ਜਾਂਦਾ ਪਰ ਤੰਬਾਕੂ ਹੈ ਮੇਰੇ ਗੁਰੂ ਦਾ ਘੋੜਾ ਨਹੀਂ ਤੰਬਾਕੂ ਵਿੱਚ ਵੜਿਆ ਤੇ ਮੈਂ ਇਸ ਤੰਬਾਕੂ ਨੂੰ ਜਿਸ ਗੁਰੂ ਨੇ ਮੈਨੂੰ ਕੇਸ ਬਖਸ਼ੇ ਦਸਤਾਰ ਬਖਸ਼ੀ ਆਪਣੇ ਸਿਰ ਤੇ ਚੱਕ ਕੇ ਮੈਂ ਦੂਜੇ ਪਿੰਡ ਲੈ ਕੇ ਜਾਵਾਂ ਬਿਲਕੁਲ ਇਹ ਕਦੇ ਵੀ ਨਹੀਂ ਹੋ ਸਕਦਾ ਫੌਜਦਾਰ ਦੀ ਹੁਕਮ ਅਦੂਲੀ ਕਰਨ ਤੋਂ ਕਹਿ ਲਈਏ ਮਨਾ ਕਰਨ ਤੋਂ ਬਾਅਦ ਭਾਈ ਜੈ ਸਿੰਘ ਖਾਲਕਰ ਨੂੰ ਪੁੱਠਾ ਲਟਕਾਇਆ ਗਿਆ ਉਹਨਾਂ ਦੀ ਖੱਲ ਲਾਈ ਗਈ ਕਿ ਤੂੰ ਤੇਰੇ ਵਿੱਚ ਗੁਰੂ ਦਾ ਸ਼ਬਦ ਗੁਰੂ ਦਾ ਸਿਧਾਂਤ ਹੈ ਅੰਦਰ ਤੇਰੀ ਕੱਲੀ ਕੱਲੀ ਚਮੜੀ ਉਧੇੜ ਦਿਆਂਗੇ ਭਾਈ ਜੈ ਸਿੰਘ ਖਾਲਕਰ ਦੇ ਸਾਧ ਸੰਗਤ ਜੀ ਉਹ ਕੱਲੇ ਉਹਨੂੰ ਨਹੀਂ ਜਦੋਂ ਹੌਲੀ ਹੌਲੀ ਦੇਖੋ ਆਪਣੇ ਸਰੀਰ ਤੇ ਰਗੜ ਲੱਗ ਜਾਵੇ ਨਾ ਸਾੜ ਨਹੀਂ ਜਾਂਦਾ ਕਈ ਸਾਲ ਹੁਣ ਉੱਥੇ ਭਾਈ ਜੈ ਸਿੰਘ ਨੂੰ ਪੁੱਠਾ ਲਟਕਾ ਕੇ ਤੇਸੀ ਦੇ ਨਾਲ ਉਹਦੀ ਕੱਲੀ ਕੱਲੀ ਚਮੜੀ ਨੂੰ ਲਾਇਆ ਗਿਆ ਉਦੋਂ ਬਾਅਦ ਉਹਦੇ ਪਰਿਵਾਰ ਨੂੰ ਉਹਦੀ ਇੱਕ ਘਰਵਾਲੀ ਤੇ ਉਹਦੇ ਦੋ ਭਚੰਗੀਆਂ ਨੂੰ ਸਾਧ ਸੰਗਤ ਜੀ ਉਹ ਤਲਵਾਰ ਦੀ ਨੋਕ ਉੱਤੇ ਉਹ ਉਸੇ ਵਾਸਤੇ ਖਤਮ ਕੀਤਾ ਗਿਆ ਜਿਨ੍ਹਾਂ ਸਿੱਖਾਂ ਨੇ ਤੰਬਾਕੂ ਨੂੰ ਹੱਥ ਨਾ ਲਾਉਣ ਵਾਸਤੇ ਤੰਬਾਕੂ ਦੇ ਇਸ ਭ੍ਰਿਸ਼ਟੇ ਹੋਏ ਕਿਉਂਕਿ ਸਾਧ ਸੰਗਤ ਇਕੱਲਾ ਸਿੱਖ ਅੰਦਰ ਸਿੱਖਾਂ ਅੰਦਰ ਨਹੀਂ ਕਹਿੰਦੇ ਜੇ ਤੰਬਾਕੂ ਜਿਹੜਾ ਕਿਸੇ ਦੇ ਘਰ ਚ ਵਾੜ ਦੇ ਉਹਦੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਉਹਦੀਆਂ ਨਸਲਾਂ ਤਬਾਹ ਹੁੰਦੀਆਂ ਤੋ ਸਾਧ ਸੰਗਤ ਸਿੱਖ ਨੇ ਤੰਬਾਕੂ ਤੱਕ ਨਹੀਂ ਸਿਰ ਤੇ ਚੁੱਕਿਆ ਤੇ ਆਪਾਂ ਆਪਣੇ ਆਪ ਨੂੰ ਸਿੱਖ ਖਣਵਾਉਣ ਵਾਲੇ ਤੇ ਤੰਬਾਕੂ ਦੀਆਂ ਪੁੜੀਆਂ ਆਪਣੀਆਂ ਜੇਬ ਚ ਰੱਖਦੇ ਆ ਤੇ ਇਹੋ ਜਿਹੀ ਭੈੜੀ ਬਿਰਤੀ ਤੇ ਇਹੋ ਜਿਹਾ ਜ਼ਹਿਰ ਲੈ ਕੇ ਗੁਰੂ ਦੇ ਅੱਗੇ ਆਉਂਦੇ ਆ ਤੇ ਆਪਣੇ ਆਪ ਨੂੰ ਸਿਰਦਾਰ ਸਿੱਖ ਹੋਣ ਦੇ ਕਿੱਥੋਂ ਹੱਕਦਾਰ ਰੱਖਦੇ ਆ ਮੈਂ ਫਿਰ ਬੇਨਤੀ ਕਰਾਂ ਆਪਾਂ ਰਿਸ਼ਤੇ ਕਰ ਲਈਏ ਉਹਨਾਂ ਦੇ ਨਾਲ ਦਰੋਟੀ ਬੇਟੀ ਦੀ ਸਾਂਝ ਪਾ ਲਈਏ ਜਿਹੜੇ ਲੋਕ ਇਹ ਜ਼ਹਿਰ ਇੱਥੇ ਲੈ ਕੇ ਆਏ ਨੇ ਬਈਆਂ ਦੇ ਨਾਲ ਆਪਾਂ ਵਿਆਹ ਦੀਆਂ ਆਪਣੀਆਂ ਧੀਆਂ ਕੁੜੀਆਂ ਸੋ ਕਿਤੇ ਹਲੂਣਾ ਵਜੇ ਸਾਡੇ ਅੰਦਰ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਸੋ ਬੜੀਆਂ ਸਖਤ ਹਦਾਇਤਾਂ ਨੇ ਮਹਾਂਪੁਰਖਾਂ ਵੱਲੋਂ ਸਮੁੱਚੇ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਕਿ ਜਿਹੜਾ ਇਸ ਤੰਬਾਕੂ ਨੂੰ ਵੇਚਦਾ ਦੁਕਾਨਦਾਰ ਜਾਂ ਫੜਿਆ ਜਾਂਦਾ ਹੈ ਉਹਦੇ ਉੱਤੇ ਬੜੀ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸਾਧ ਸੰਗਤ